ਲਾਹੌਰ 'ਚ ਪੋਲੀਓ ਵਾਇਰਸ ਦੀ ਮੌਜੂਦਗੀ ਦੇ ਇਨਕਸ਼ਾਫ ਖਤਰੇ ਦੀ ਘੰਟੀ ਵਜਾ ਦਿੱਤੀ। ਪੋਲੀਓ ਵਾਇਰਸ ਦੇ ਨਮੂਨੇ ਮਸਬਤ ਆਉਣ 'ਤੇ 100 ਤੋਂ ਵੱਧ ਯੂਨੀਅਨ ਕੌਂਸਲ 'ਚ ਪੋਲੀਓ ਮੁਹਿੰਮ ਤੇਜ਼ ਕਰਨ ਦਾ ਫੈਸਲਾ ਕਰ ਦਿੱਤਾ ਗਿਆ। ਲਾਹੌਰ 'ਚ ਪੋਲੀਓ ਵਾਇਰਸ ਦੀ ਮੌਜੂਦਗੀ ਦੇ ਇਨਕਸ਼ਾਫ ਖਤਰੇ ਦਾ ਅਲਾਰਮ ਵਜਾ ਦਿੱਤਾ। ਇੱਕ ਮਹੀਨਾ ਪਹਿਲੇ ਡਰੇਨ ਤੋਂ ਕਿਹਾ ਗਿਆ ਸੈਂਪਲ ਮਸਬਤ ਆਉਣ 'ਤੇ ਮਹਿਕਮੇ ਸਿਹਤ ਦੀ ਕਾਰਕਰਦਗੀ ਦੇ ਸਵਾਲੀਆ ਨਿਸ਼ਾਨ ਲੜਦੇ। ਸੂਬਾਈ ਵਜ਼ੀਰ ਸਿਹਤ ਡਾਕਟਰ ਯਾਸਮੀਨ ਰਾਸ਼ਿਦ ਦਾ ਆਖਿਆ ਸੈਂਪਲ ਮਸਬਤ ਆਉਣ 'ਤੇ ਬੰਦ ਰੋਡ ਸਮੇਤ ਬੇ ਮੁਤਲਕਾ ਯੂਨੀਅਨ ਕੌਂਸਲ 'ਚ ਇੰਸਦਾ ਦੇ ਪੋਲੀਓ ਮੁਹਿੰਮ ਤੇਜ਼ ਕਰਦੀ ਹੈ। ਇਹ ਜੋ ਆਊਟਫਾਲ ਰੋਡ ਦਾ ਰਿਜ਼ਰਵਾਇਰ ਹੈ, ਇਹ ਕਦੀ ਵੀ ਕਲੀਅਰ ਨਹੀਂ ਹੋਇਆ। ਇਸ 8 ਸਾਲ ਕੇ ਅਰਸੇ ਮੇ ਹਰ ਮਰਤਬਾ ਜਬ ਵੀ ਆਪਨੇ ਆਊਟਫਾਲ ਕਾ ਕੀਆ, ਉਸ ਰਿਜ਼ਰਵਾਇਰ ਮੇ ਸੇ ਵਾਇਰਸ ਨਿਕਲੀ ਹੈ, ਲੇਕਿਨ ਕੋਈ ਬੱਚਾ ਅਫੈਕਟ ਨਹੀਂ ਹੁਆ। ਤੋ ਹਮੇ ਯੇ ਸ਼ਾਇਦ ਤਸੱਲੀ ਥੀ ਕਿ ਸ਼ਾਇਦ ਹਮ ਜੋ ਵੈਕਸੀਨੇਸ਼ਨ ਕਰ ਰਹੇ ਹੈ ਵੋ ਕਾਫੀ ਹੈ ਔਰ ਬੱਚੇ ਅਫੈਕਟ ਨਹੀਂ ਹੋ ਰਹੇ, ਲੇਕਿਨ ਅਬ ਸਾਹਮਣੇ ਆ ਗਿਆ ਕਿ ਇਹ ਨਾ ਕਾਫੀ ਥੀ, ਅਬ ਹਮੇ ਜ਼ਿਆਦਾ ਮਜ਼ੀਦ ਮਜ਼ਬੂਤ ਸਟੈਪਸ ਲੈਣੇ ਪੜੇਗੇ। ਤਿੱਬੀ ਮਾਹਰੀਨ ਦਾ ਕਿ ਪੋਲੀਓ ਵਾਇਰਸ ਦੇ ਹਮਲੇ ਤੋਂ ਬਚਾਓ ਕੇ ਤੇ ਬਾਲਾ ਕੋ ਵੈਕਸੀਨੇਸ਼ਨ ਵੇਲੇ ਸਿਰ ਕਰਾਉਣ ਜ਼ਰੂਰੀ ਹੈ। ਤਰ੍ਹਾਂ ਕਿ ਹਮਾਰੇ ਪਾਸ ਪੋਲੀਓ ਕੀ ਵੈਕਸੀਨ ਅਵੇਲੇਬਲ ਹੈ, ਓਰਲ ਔਰ ਇੱਕ ਇੰਜੈਕਸ਼ਨ ਕੇ ਥਰੂ ਵੀ ਲਗਤੀ ਹੈ, IV ਜਿਸਕੋ ਕਹਤੇ ਹੈ, ਠੀਕ ਹੈ। ਤੋ ਦੋਨੋ ਵੈਕਸੀਨੇਸ਼ਨ ਬੱਚੋਂ ਕੋ ਅਗਰ ਦੀ ਜਾਏ ਤੋ ਬੱਚੋਂ ਕੇ ਅੰਦਰ ਜੋ ਇਸਕਾ ਕੰਟਰੋਲ ਹੈ ਵੋ ਤਕਰੀਬਨ 90-100% ਹੋ ਜਾਤਾ ਹੈ। ਇੱਕ ਮੁਤਾਤ ਅੰਦਾਜ਼ੇ ਮੁਤਾਬਿਕ ਪਿਛਲੇ 10 ਸਾਲਾਂ ਦੇ ਦੌਰਾਨ ਆਊਟਫਾਲ ਡਰੇਨ ਤੋਂ ਗਿੱਦੇ ਗਏ ਸੈਂਪਲ 9 ਵਾਰੀ ਮਸਬਤ ਆਏ, ਜੈ ਮਹਿਕਮਾ ਸਿਹਤ ਦੀ ਕਾਰਕਰਦਗੀ ਦੇ ਸਵਾਲਾਤ ਖੜੇ ਕਰੇ ਤਨ।